ਸਖਤ ਜਥੇਬੰਦੀਆਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਮੰਗ ਪੱਤਰ ਪਿਤੇ ਕੁਝ ਦਿਨਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੇਅਦਬੀ ਦੇ ਮਾਮਲੇ ਫਿਰ ਤੋਂ ਸਾਹਮਣੇ ਆਉਣ ਲੱਗੇ ਹਨ ਇਸੇ ਦੇ ਮੱਦੇਨਜ਼ਰ ਅੱਜ ਸਿੱਖ ਸੰਗਠਨਾਂ ਵੱਲੋਂ ਇੱਕ ਮੰਗ ਪੱਤਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਗਿਆ ਸਿੱਖ ਸੰਗਠਨ ਦੇ ਬੁੱਧ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਅੱਜ ਦਾ ਮੰਗ ਪੱਤਰ ਹੈ ਜੀ ਇਹ ਸਮੁੱਚੀ ਕੌਮ ਵੱਲੋਂ ਆ ਔਰ ਸਮੁੱਚੇ ਸਿੱਖ ਜਥੇਬੰਦੀਆਂ ਦੇ ਜਿਹੜੀ ਆ ਸਲਾਹ مشورہ ਸਾਡਾ ਹੋਇਆ ਸੀ ਉਸ ਵਿਸ਼ੇ ਤੇ ਅਸੀਂ ਸਿੰਘ ਸਾਹਿਬ ਨੂੰ ਇੱਕ ਅਪੀਲ ਕਰਨ ਵਾਸਤੇ ਆਏ ਆ ਕਿ ਸਿੰਘ ਸਾਹਿਬ ਪੰਜ ਸਿੰਘ ਸਹਿਬਾਨਾਂ ਦੀ ਇੱਕ ਇਕਤਰਤਾ ਬਲਾਉਣ ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਵਾ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਸੂਬਾ ਸਰਕਾਰ ਆ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਦਪ ਤੋਂ ਸੀਬੀਆਈ ਜਾਂਚ ਦਾ ਹੁਕਮ ਜਾਰੀ ਕਰਨ ਜੋਸਾਹਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਬਹੁਤ ਪਿਛਲੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਵਾ ਸਾਬਕਾ ਸਰਕਾਰ ਦੇ ਟਾਈਮ ਤੇ ਵੀ ਹੋਈਆਂ ਮੌਜੂਦਾ ਸਰਕਾਰ ਦੇ ਟਾਈਮ ਤੇ ਵੀ ਹੋ ਰਹੀਆਂ ਵਾ ਜਿਹੜੇ ਇਹਦੇ ਸ਼ਰਾਰਤੀ ਅੰਸਰ ਲੋਕ ਆ ਤੇ ਜਿਹੜੇ ਇਹਦੇ ਮਾਸਟਰਮਾਈਂਡ ਲੋਕ ਆ ਉਹ ਫੜੇ ਜਾਣ ਉਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਹੋਵੇ ਕਿ ਆਉਣ ਵਾਲੇ ਟਾਈਮ ਵਿੱਚ ਕੋਈ ਐਸੀ ਖਲੌਣੀ ਹਰਕਤ ਕਰਨ ਦੀ ਜੁਰਤ ਨਾ ਕਰੇ ਕਿਉਂਕਿ ਸਾਰੇ ਹੀ ਧਰਮ ਸਤਕਾਰਯੋਗ ਆ ਸਾਰੇ ਹੀ ਗ੍ਰੰਥ ਸਤਕਾਰਯੋਗ ਆ ਕਿਉਂਕਿ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਸਾਰਿਆਂ ਨੂੰ ਜਿਹੜਾ ਦਰਜਾ ਬਜਰਜਾ ਦਿੱਤਾ ਗਿਆ ਵਾ ਇਸ ਕਰਕੇ ਸਾਡਾ ਜਿਹੜੀ ਸਿੱਖਾਂ ਦੀ ਅਹਿਮ ਭੂਮਿਕਾ ਵਾ ਔਰ ਸਾਰੀ ਮਨੁੱਖਤਾ ਦੀ ਅਹਿਮ ਭੂਮਿਕਾ ਵਾ ਜਿਹੜਾ ਕੋਈ ਐਸੀ ਗਲਤੀ ਕਰਦਾ ਵਾ ਉਹਨੂੰ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਸਰਕਾਰਾਂ ਦਾ ਵੀ ਫਰਜ਼ ਬਣਦਾ ਵਾ ਤੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਵਾ ਕਿ ਗਲਤ ਨੂੰ ਗਲਤ ਕਿਹਾ ਜਾਵੇ ਔਰ ਗਲਤ ਸਹੀ ਦਾ ਜਿਹੜਾ ਵਾ ਸਾਹਮਣੇ ਛਿੱਟਾ ਸੰਗਤਾਂ ਦੇ ਲਿਆਂਦਾ ਜਾਵੇ